ਦਾਸ ਨੇ ਇੱਕ ਪੋਸਟ ਦੇਖੀ ਵੀਰ ਗੁਰਵਿੰਦਰ ਸਿੰਘ ਜੀ ਸ਼ਾਬੜਾ ਜੋ ਕਿ ਕਾਨਪੁਰ ਦੇ ਨਿਵਾਸੀ ਨੇ ਉਹਨਾਂ ਦੀ ਇੱਕ ਸਿੱਖ ਵੈਲਫੇਅਰ ਸੁਸਾਇਟੀ ਜੋ ਕਿ ਕਾਨਪੁਰ ਦੇ ਵਿੱਚ ਬਣੀ ਹੋਈ ਹੈ ਸਾਰੇ ਸਿੱਖ ਭਰਾਵਾਂ ਨੇ ਇਕੱਤਰ ਹੋ ਕੇ ਇਸ ਸੁਸਾਇਟੀ ਨੂੰ ਬਣਾਇਆ ਹੋਇਆ ਹੈ ਤੇ ਇਸ ਸੁਸਾਇਟੀ ਦਾ ਇੱਕ ਬਹੁਤ ਹੀ ਵੱਡਾ ਤੇ ਵਧੀਆ ਉਪਰਾਲਾ ਜੋ ਕਿ ਕਾਬਲੇ ਤਾਰਿਫ ਹੈ ਅਸੀਂ ਇਸ ਉਪਰਾਲੇ ਦੀ ਤਾਰੀਫ ਕਰਾਂਗੇ ਕਿਉਂਕਿ ਸਾਡੇ ਚੈਨਲ ਦੇ ਦੁਆਰਾ ਹਮੇਸ਼ਾ ਹੀ ਪ੍ਰਚਾਰਕ ਵੀਰਾਂ ਵਾਸਤੇ ਆਵਾਜ਼ ਬੁਲੰਦ ਕੀਤੀ ਜਾਂਦੀ ਹੈ ਕਿ ਅੱਜ ਦੇ ਮਹਿੰਗਾਈ ਦੇ ਸਮੇਂ ਵਿੱਚ ਸਾਡੀਆਂ ਪ੍ਰਬੰਧਕ ਕਮੇਟੀਆਂ ਸਾਡੇ ਸੰਪਰਦਾਵਾਂ ਦਾ ਫਰਜ਼ ਬਣਦਾ ਹੈ ਕਿ ਉਹ ਆਪਣੇ ਗੁਰੂ ਘਰ ਦੇ ਪ੍ਰਚਾਰਕਾਂ ਦੀ ਚਾਹ ਗ੍ਰੰਥੀ ਹੈ ਰਾਗੀ ਹੈ ਸੇਵਾਦਾਰ ਨੇ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਦੀ ਜ਼ਿੰਮੇਵਾਰੀ ਲੈਣ ਕਿਉਂਕਿ ਤਨਖਾਹਾਂ ਤਾਂ ਸਾਡੇ ਕੋਲ ਸੀਮਤ ਨੇ ਅਸੀਂ ਸੀਮਤ ਤਨਖਾਹਾਂ ਦਿੰਦੇ ਆ ਪਰ ਜੇ ਅਸੀਂ ਕਿਦਰੇ ਉਹਨਾਂ ਦੀ ਬੱਚਿਆਂ ਦੀ ਦੁਆਰਾ ਪੜ੍ਹਾਈ ਕਰਕੇ ਉਹਨਾਂ ਦੀ ਹੈਲਪ ਕਰਦੇ ਹੀਏ ਸਾਡੇ ਸਾਥ ਦੇ ਨਾਲ ਉਹ ਸੇਵਾ 사ਤਗੁਰੂ ਜੀ ਪ੍ਰਬੰਧ ਕਰਨਗੇ ਮੁਬਾਰਕ ਹੈ ਆਪ ਜੀ ਲੰਗਰ ਲਾਉਂਦੇ ਹੋ ਲਾਉਣੇ ਚਾਹੀਦੇ ਨੇ ਅਸੀਂ ਐਂਦਾ ਵਿਰੋਧ ਨਹੀਂ ਕਰਦੇ ਪਰ ਉਸ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ ਅਸੀਂ ਲੰਗਰ ਖਵਾਉਂਦੇ ਹਾਂ ਲੋਕਾਂ ਨੂੰ ਕਈ ਲੋਕ ਐਸੇ ਹੁੰਦੇ ਨੇ ਗੁਰੂ ਘਰ ਦਾ ਲੰਗਰ ਖਾ ਕੇ ਆ ਕੇ ਸਿੱਖਾਂ ਦੇ ਹੀ ਗਲਮੇ ਨੂੰ ਹੱਥ ਪਾਉਂਦੇ ਨੇ ਕੋਈ ਪੈਸਾ ਅਗਰ ਅਸੀਂ ਆਪਣੇ ਸਿੱਖ ਪਰਿਵਾਰਾਂ ਦੇ ਚ ਲਾਈਏ ਜਿਸ ਤਰ੍ਹਾਂ ਸਾਡੀ ਪ੍ਰਚਾਰਕ ਸ਼੍ਰੇਣੀ ਹੈ ਉਹਨਾਂ ਦੇ ਜਿਹੜੇ ਬੱਚੇ ਨੇ ਜਗਰ ਅਸੀਂ ਉਹਨਾਂ ਦੀ ਪੜ੍ਹਾਈ ਲਿਖਾਈ ਵੱਲ ਧਿਆਨ ਦੇ ਦਈਏ ਮੇਰੇ ਹਿਸਾਬ ਦੇ ਨਾਲ ਸਾਡੀ ਜਿਹੜੀ ਕਾਮ ਹੈ ਸਾਡਾ ਪੰਥ ਹੈ ਚੜ੍ਹਦੀ ਕਲਾ ਵਿੱਚ ਜਾਵੇਗਾ ਜਦੋਂ ਸਾਡੇ ਪ੍ਰਚਾਰਕ ਸਹਿਬਾਨਾਂ ਦੇ ਬੱਚੇ ਸਾਡੇ ਗੁਰੂ ਘਰ ਦੇ ਰਾਗੀ ਗ੍ਰੰਥੀ ਸੇਵਾਦਾਰਾਂ ਦੇ ਬੱਚਿਆਂ ਨੂੰ ਅਸੀਂ ਪੜ੍ਹਾਵਾਂਗੇ ਲਿਖਾਵਾਂਗੇ ਤੇ ਉਹ ਜਿਹੜੇ ਗੁਰੂ ਘਰ ਦੇ ਸੇਵਕ ਪ੍ਰਚਾਰਕ ਨੇ ਉਹ ਵੀ ਖੁਸ਼ ਹੋ ਕੇ ਸੇਵਾ ਕਰਨਗੇ ਸੋ ਦਾਸ ਗੱਲ ਕਰ ਰਿਹਾ ਹੈ ਸਿੱਖ ਬਿਲਫੇਰ ਸੁਸਾਇਟੀ ਕਾਨਪੁਰ ਦੀ ਜਿਨ੍ਹਾਂ ਨੇ ਬਹੁਤ ਹੀ ਵਧੀਆ ਉਪਰਾਲਾ ਕੀਤਾ ਹੈ ਦਾਸ ਨੇ ਪੋਸਟ ਦੇਖੀ ਹੈ ਉਹਨਾਂ ਨੇ ਆਪਣੀ ਪੋਸਟ ਦੇ ਵਿੱਚ ਇਹ ਲਿਖਿਆ ਹੈ ਕਿ ਕਾਨਪੁਰ ਦੇ ਵਿੱਚ ਜਿੰਨੇ ਪ੍ਰਚਾਰਕ ਸਹਿਬਾਨ ਨੇ ਰਾਗੀ ਗ੍ਰੰਥੀ ਨੇ ਉਹਨਾਂ ਸਾਰਿਆਂ ਦੀ ਪੜ੍ਹਾਈ ਲਿਖਾਈ ਦੀ ਜ਼ਿੰਮੇਵਾਰੀ ਇੱਕ ਕਲਾਸ ਤੋਂ ਲੈ ਕੇ 12 ਤੱਕ ਦੀ ਇਹ ਸੁਸਾਇਟੀ ਚੱਕੇਗੀ ਜੋ ਕਿ ਵੀਰ ਗੁਰਵਿੰਦਰ ਸਿੰਘ ਜੀ ਸ਼ਾਬੜਾ ਤੇ ਪੂਰੀ ਹੀ ਕਮੇਟੀ ਨੇ ਬਹੁਤ ਹੀ ਵਧੀਆ ਬਹੁਤ ਹੀ ਕਾਬਲੇ ਤਾਰੀਫ ਕਦਮ ਚੱਕਿਆ ਹੈ ਸਾਨੂੰ ਇਹਨਾਂ ਤੋਂ ਸਹਿਦ ਲੈਣੀ ਚਾਹੀਦੀ ਹੈ ਅਤੇ ਬਾਅਦ ਚੜ ਕੇ ਆਪਣੇ ਪ੍ਰਚਾਰਕ ਵੀਰਾਂ ਦਾ ਸਪੋਰਟ ਸਹਿਯੋਗ ਕਰਨਾ ਚਾਹੀਦਾ ਹੈ ਦਾਸ ਸੀਤਾਪੁਰ ਸਿੰਘ ਸਭਾ ਵੀ ਡਿਊਟੀ ਕਰਦਾ ਹੈ ਕਰੀਬਨ ਸਾਢੇ 3 ਸਾਲ ਤੋਂ ਡਿਊਟੀ ਕਰ ਰਿਹਾ ਹੈ ਇੱਥੇ ਵੀ ਪ੍ਰਬੰਧਕ ਕਮੇਟੀ ਦਾ ਬਹੁਤ ਹੀ ਵਧੀਆ ਉਪਰਾਲਾ ਹੈ ਜਿੰਨੇ ਵੀ ਗੁਰੂ ਘਰ ਦੇ ਸੇਵਾਦਾਰ ਨੇ ਚਾਹ ਰਾਗੀ ਗਰੰਥੀ ਨੇ ਚਾਹ ਸੇਵਾਦਾਰ ਨੇ ਉਹਨਾਂ ਸਾਰਿਆਂ ਦੇ ਸੇਵਾਦਾਰਾਂ ਦੇ ਬੱਚਿਆਂ ਦੀ ਪੜ੍ਹਾਈ ਲਿਖਾਈ ਆਉਣ ਜਾਣ ਦਾ ਕਿਤਾਬਾਂ ਦਾ ਸਾਰਾ ਹੀ ਖਰਚਾ ਜਿਹੜੀ ਹੈ ਪ੍ਰਬੰਧਕ ਕਮੇਟੀ ਲੈਂਦੀ ਹੈ ਤੇ ਉਹ ਹੀ ਪੂਰਾ ਸਪੋਰਟ ਕਰਦੀ ਹੈ ਤੇ ਬੱਚਿਆਂ ਨੂੰ ਪੜਾਉਂਦੀ ਹੈ। ਸਾਧ ਸੰਗਤ ਜੀ ਇਹ ਬਹੁਤ ਹੀ ਵਧੀਆ ਉਪਰਾਲੇ ਨੇ। ਅਸੀਂ ਅਪੀਲ ਕਰਾਂਗੇ ਜਿਹੜੀਆਂ ਹੋਰ ਪ੍ਰਬੰਧਕ ਕਮੇਟੀਆਂ ਨੇ ਸੰਪਰਦਾਵਾਂ ਨੇ ਆਪਣੇ ਪ੍ਰਚਾਰਕ ਸਭਾਂ ਜੋ ਕਿ ਆਪ ਜੀ ਦੇ ਗੁਰੂ ਘਰ ਦੀ ਸੇਵਾ ਕਰ ਰਹੇ ਨੇ ਉਹਨਾਂ ਦੀ ਜਰੂਰ ਸਾਂਭ ਕਰੋ। ਬੱਚਿਆਂ ਦੀ ਸਾਂਭ ਕਰੋ ਤਾਂ ਕਿ ਬੱਚੇ ਪੜ੍ਹ ਲਿਖ ਕੇ ਅੱਗੇ ਵਧਣ ਤੇ ਕੋਈ ਅਫਸਰ ਬਣਨ। ਕਿਉਂਕਿ ਆਪਾਂ ਜਿੰਨੀਆਂ ਨੂੰ ਤਨਖਾਹਾਂ ਦੇਣੇ ਆ ਆਪਣੇ ਪ੍ਰਚਾਰਕ ਗ੍ਰੰਥੀਆਂ ਨੂੰ ਤੇ ਹੋ ਸਕਦਾ ਉਹ ਬੱਚੇ ਉਹਨੇ ਵਧੀਆ ਸਟੱਡੀ ਨਾ ਲੈ ਪਾਉਣ ਕਿਉਂਕਿ ਅੱਜ ਕੱਲ ਪੜ੍ਹਾਈ ਬਹੁਤ ਮਹਿੰਗੀ ਹੋ ਗਈ ਹੈ ਇਸ ਕਰਕੇ ਇਹ ਬੇੜਾ ਸਾਨੂੰ ਵੀ ਚੱਕਣਾ ਚਾਹੀਦਾ ਸੋ ਮੈਂ ਬਹੁਤ ਬਹੁਤ ਹੀ ਧੰਨਵਾਦੀ ਹਾਂ ਵੀਰ ਗੁਰਵਿੰਦਰ ਸਿੰਘ ਜੀ ਸ਼ਾਬੜਾ ਉਪਾਧਿਅਕਸ਼ ਉੱਤਰ ਪ੍ਰਦੇਸ਼ ਪੰਜਾਬੀ ਅਕਾਦਮੀ ਪ੍ਰਦੇਸ਼ ਅਧਿਅਕਸ਼ ਸਿੱਖ ਵੈਲਫੇਅਰ ਸੁਸਾਇਟੀ ਉੱਤਰ ਪ੍ਰਦੇਸ਼ ਵੀਰ ਜੀ ਆਪ ਜੀ ਦੀ ਸਾਰੀ ਹੀ ਟੀਮ ਨੂੰ ਬਹੁਤ ਬਹੁਤ ਧੰਨਵਾਦ ਕਿ ਆਪ ਜੀ ਨੇ ਬਹੁਤ ਹੀ ਵੱਡਾ ਬੇੜਾ ਚੱਕਿਆ ਤੇ ਆਪ ਜੀ ਨੇ ਜਿਹੜੀ ਇਹ ਸੇਵਾ ਨੂੰ ਲਿਆ ਹੈ ਇਹ ਸੇਵਾ ਵੀ ਭਾਗਾਂ ਵਾਲੇ ਲੈਂਦੇ ਹਨ ਸੋ ਗੁਰੂ ਕਿਰਪਾ ਕਰੇ ਅਸੀਂ ਪੂਰੀ ਹੀ ਕਮੇਟੀ ਵਾਸਤੇ ਅਰਦਾਸ ਕਰਾਂਗੇ ਪਾਤਸ਼ਾਹ ਜੀ ਪੂਰੀ ਹੀ ਕਮੇਟੀ ਨੂੰ ਆਪਣੇ ਚਰਨਾਂ ਨਾਲ ਜੋੜ ਕੇ ਰੱਖਣਾ ਤੇ ਐਸੀ ਸੋਚ ਵਾਲੇ ਜਿਹੜੇ ਲੋਕ ਨੇ ਪੂਰੇ ਸੰਸਾਰ ਦੇ ਚੋਣੇ ਚਾਹੀਦੇ ਨੇ ਸੋ ਆਓ ਹੁਣ ਅੱਗੇ ਦੀ ਜਾਣਕਾਰੀ ਅਸੀਂ ਵੀਰ ਜੀ ਦੇ ਪੂਰੇ ਗਰੁੱਪ ਦੁਆਰਾ ਆਪ ਜੀ ਨਾਲ ਸਾਂਝੀ ਕਰਾਂਗੇ ਤੇ ਅਸੀਂ ਬੇਨਤੀ ਕਰਾਂਗੇ ਆਪਣੀਆਂ ਪ੍ਰਬੰਧਕ ਕਮੇਟੀਆਂ ਸੰਪਰਦਾਵਾਂ ਨੂੰ ਕੀ ਆਪ ਜੀ ਵੀ ਇਹ ਉਪਰਾਲਾ ਜ਼ਰੂਰ ਕਰੋ ਆਪਣੇ ਪ੍ਰਚਾਰਕ ਸਹਿਬਾਨਾਂ ਦੇ ਬੱਚਿਆਂ ਦੀ ਪੜ੍ਹਾਈ ਲਿਖਾਈ ਦੀ ਜ਼ਿੰਮੇਵਾਰੀ ਲਓ ਉਹਨਾਂ ਨੂੰ ਥੋੜਾ ਸੌਖਾ ਕਰੋ ਤਾਂ ਕਿ ਬੱਚੇ ਪੜ੍ਹ ਲਿਖ ਕੇ ਵੱਡੀਆਂ ਪੋਸਟਾਂ ਤੇ ਜਾਣ ਉਹਦੇ ਨਾਲ ਸਾਡਾ ਹੀ ਸਿਰ ਉੱਚਾ ਹੋਵੇਗਾ ਸਾਡਾ ਹੀ ਮਾਣ ਵਧੇਗਾ ਕੋਈ ਸਿੱਖ ਬੱਚਾ ਜਦੋਂ ਅਫਸਰ ਬਣੇਗਾ ਤੇ ਸਾਡੇ ਵਾਸਤੇ ਗਰਭ ਵਾਲੀ ਗੱਲ ਹੋਵੇਗੀ ਸੁਭ ਆਓ ਹੁਣ ਪੂਰੀ ਹੀ ਜਾਣਕਾਰੀ ਅਸੀਂ ਵੀਰ ਗੁਰਵਿੰਦਰ ਸਿੰਘ ਜੀ ਸ਼ਾਬੜਾ ਜੀ ਦੀ ਟੀਮ ਤੋਂ ਪ੍ਰਾਪਤ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਵਾਹਿਗੁਰੂ ਜੀ ਦਾ ਬਖਸ਼ਾ ਵਾਹਿਗੁਰੂ ਜੀ ਕੀ ਫਤਿਹ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਗੁਰੂ ਮਹਾਰਾਜ ਜੀ ਦੇ ਪ੍ਰੇਰਣਾ ਸਰਕਾ ਸਿੱਖ ਵੈਲਫੇਅਰ ਸੁਸਾਇਟੀ ਨੇ ਇੱਕ ਉਪਰਾਲਾ ਸਦਿਆ ਹੈ ਕਿ ਜੋ ਵੀ ਕਾਨਕੂੜ ਨਗਰ ਇਸ ਗੁਰਦੁਆਰੇ ਨੇ ਉਹ ਉਹਨਾਂ ਦੇ ਵਿੱਚ ਜੋ ਭਾਈ ਗਰੰਥੀ ਜਿਨ੍ਹਾਂ ਦੇ ਬੱਚੇ ਜਿਸ ਵੀ ਸਕੂਲ ਇਸ ਪੜ ਰਹੇ ਹੋਣਗੇ

ਐਸੋ ਬਰਾਲੇ ਨੂੰ ਅਗਰ ਗੁਰੂ ਮਹਾਰਾਜ ਜੀ ਦਾ ਆਸ਼ੀਰਵਾਦ ਰਹਾ ਤਾਂ ਸਿਰ ਹੋਰ ਅੱਗੇ ਵਧਾਂਗੇ ਤਾਂਕਿ ਸਿੱਖਿਆ ਔਰ ਸਵਾਸਤ ਜੋ ਬਹੁਤ ਹੀ ਜ਼ਰੂਰੀ ਚੀਜ਼ਾਂ ਨੇ ਜੋ ਲੋਕ ਅਫਰਟ ਨਹੀਂ ਕਰ ਪਾਉਂਦੇ ਨੇ ਸਾਡੇ ਨੂੰਾਂ ਦੀ ਜ਼ਿੰਮੇਵਾਰੀ ਹੈ ਕਿ ਅਸੀਂ ਲੋਕ ਅੱਗੇ ਵਧ ਕੇ ਐਵੇਂ ਦੇ ਬੱਚਿਆਂ ਨੂੰ ਗੋਦ ਲਈਏ ਔਰ ਉਹਨਾਂ ਨੂੰ ਪੜ੍ਹਾ ਕੇ ਸਮਾਜ ਦਾ ਇੱਕ ਜ਼ਿੰਮੇਵਾਰ ਨਾਗਰਿਕ ਬਣਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ